ਸਾਡੀ ਲਾਈਨ ਦੇ ਵਿੱਚ ਮੀਮਸ ਬਣਦੀਆਂ ਵਾ ਕਿ ਗਰੰਟੀ ਤੋਂ ਦੋ ਲੋਕ ਦੇ ਸਕਤੇ ਹਨ ਗੋਡ ਦੇ ਸਕਤੇ ਹਨ ਜਾਂ ਫਰੋਡ ਦੇ ਸਕਤੇ ਹਨ ਮੈਂ ਕਹਿੰਦਾ ਗਰੰਟੀ ਉਹ ਦੇ ਸਕਦਾ ਜਿਹਨੂੰ ਕੰਮ ਕਰਨਾ ਆਂਦਾ ਹੈ ਜਿਹੜਾ ਗਰੰਟੀ ਨਹੀਂ ਦੇ ਸਕਦਾ ਉਹਨੂੰ ਕੋਈ ਵੀ ਤੁਹਾਡੀ ਫਾਈਲ ਲੈਣ ਦਾ ਹੱਕ ਨਹੀਂ ਹੈਗਾ ਅਸੀਂ ਇੱਥੇ ਜ਼ਿੰਦਗੀਆਂ ਬਣਾਉਣ ਲਈ ਬੈਠੇ ਆਂ ਕਿਸੇ ਦੀ ਜ਼ਿੰਦਗੀ ਉਜਾੜਨ ਲਈ ਨਹੀਂ ਬੈਠੇ ਸੋ ਜਿਹੜਾ ਬੰਦਾ ਗਰੰਟੀ ਨਹੀਂ ਦਿੰਦਾ ਉਹਦੇ ਕੋਲੋਂ ਫਾਈਲ ਨਹੀਂ ਲੈਣੀ ਮੈਨੂੰ ਗਰੰਟੀ ਹੈ ਆਪਣੀ ਮਿਹਨਤ ਦੀ ਮੈਨੂੰ ਗਰੰਟੀ ਹੈ ਆਪਣੀ ਟੀਮ ਦੀ ਮੈਂ ਤੁਹਾਡਾ ਚੈਲੰਜ ਲਊਂਗਾ ਵੀਜ਼ਾ ਲੈ ਕੇ ਦਊਂਗਾ ਤੈਨੂੰ ਕਾਗਜ਼ ਪਹਚਾਓ ਅਸੀਂ ਕਦੇ ਵੀ ਹਾਰਦੇ ਨਹੀਂ ਅਸੀਂ ਜਾਂ ਜਿੱਤਦੇ ਆਂ ਜਾਂ ਅਸੀਂ ਸਿੱਖਦੇ ਆਂ ਤੇ ਸਿਖਾਓ ਸਾਨੂੰ ਦਿਓ ਸਾਨੂੰ ਪਿਆਰ ਤੁਹਾਡੇ ਆਸ਼ੀਰਵਾਦ صدਕਾ ਹਰੇਕ ਉਸ ਚੈਲੰਜ ਨੂੰ ਟ੍ਰੀਟ ਕਰਾਂਗੇ ਹਰੇਕ ਉਹ ਵੀਜ਼ਾ ਜਿਹੜਾ ਰਿਫਿਊਜ਼ ਹੋਇਆ ਵਾ ਜਿਹੜਾ ਬੱਚਾ ਟੈਨਸ਼ਨ 'ਚ ਹੈ ਜਿਹਦਾ ਨਹੀਂ ਕੋਈ ਹੱਲ ਨਿਕਲਦਾ ਪਿਆ ਮੈਂ ਜ਼ਿੰਮੇਵਾਰੀ ਲਵਾਂਗਾ ਉਹਦਾ ਵੀਜ਼ਾ ਲਵਾ ਕੇ ਦਊਂਗਾ ਤੁਹਾਡੇ ਕੋਲ ਨਹੀਂ ਪੈਸੇ ਹੈਗੇ ਮੈਂ ਫ੍ਰੀ 'ਚ ਲਵਾ ਕੇ ਦਊਂਗਾ ਕਿਸੇ ਰੋਂਦੇ ਨੂੰ ਚੁੱਪ ਕਰਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਪੁੱਛ ਕੇ ਦੇਖੋ ਜਿਹੜਾ ਮਰੀਜ਼ ਹਸਪਤਾਲ 'ਚ ਪਿਆ ਹੈ ਜਿਹਨੂੰ ਬੈੱਡ ਨਹੀਂ ਮਿਲਦਾ ਪਿਆ ਜਿਹਨੂੰ ਟੀਕਾ ਨਹੀਂ ਮਿਲਦਾ ਪਿਆ ਕਿੱਥੇ ਜਾਵੇ ਉਹ ਜਿਹਦੇ ਕੋਲ ਆਕਸੀਜਨ ਨਹੀਂ ਹੈ ਉਹਦੇ ਲਈ ਪੈਸਿਆਂ ਦੀ ਵੈਲਿਊ ਜ਼ੀਰੋ ਹੈ ਜ਼ੀਰੋ ਤੁਸੀਂ ਫੀਸ ਵੀ ਤਾਰਤੀ ਕਾਲਜ ਨੂੰ ਤੁਸੀਂ ਆਨਲਾਈਨ ਪੜ੍ਹ ਵੀ ਲਿਆ ਜੀਆਈਸੀ ਵੀ ਤਾਰਤਾ ਯਾਰ ਅੱਜ ਵੀਜ਼ਾ ਨਹੀਂ ਮਿਲਦਾ ਪਿਆ ਤੁਹਾਨੂੰ ਕੀ ਹਾਲਾਤ ਹੋਣਗੇ ਤੁਹਾਡੇ ਮੈਂ ਸਮਝ ਸਕਦਾ ਲੋਕ ਸਾਡੇ ਕੋ ਆਉਂਦੇ ਆ ਦੇਖੇ ਨਹੀਂ ਜਾਂਦੇ ਆਵਾਜ਼ ਨਹੀਂ ਨਿਕਲਦੀ ਮੂੰਹ ਚੋਂ ਜਦੋਂ ਕਿਸੇ ਰਿਫਿਊਜ਼ਲ ਵਾਲੇ ਬੱਚੇ ਨਾਲ ਗੱਲ ਕਰਦੇ ਆ ਉਹ ਕਹਿੰਦਾ ਸਰ ਮੇਰੀ ਕਮੀ ਦਾ ਦੱਸ ਦਿਓ ਕੀ ਆ ਮੈਂ ਗਲਤੀ ਕੀ ਕਰ ਲਈ ਜੇ ਮੇਰੇ ਕੋ ਜਿੰਨੇ ਪੈਸੇ ਮੰਗੇ ਕਿਸੇ ਨੇ ਮੈਂ ਦੇ ਦਿੱਤੇ ਮੈਨੂੰ ਕੀ ਪਤਾ ਕੌਣ ਏਜੰਟ ਸਹੀ ਆ ਕੌਣ ਗਲਤ ਆ ਅਸੀਂ ਜ਼ਿੰਮੇਵਾਰੀ ਲਵਾਂਗੇ ਤੁਹਾਡਾ ਕੰਮ ਕਰਾ ਕੇ ਦੇਾਂਗੇ ਇਹ ਸਾਡਾ ਕਾਰੋਬਾਰ ਆ ਜਿੱਥੇ ਤੁਸੀਂ ਰੋਟੀ ਖਾਣੇ ਆ ਤੇ ਹਰ ਇੱਕੋ ਚੀਜ਼ ਜਿਹੜੀ ਤੁਹਾਨੂੰ ਕੋਈ ਮਨਾ ਕਰੇਗਾ ਨਾ ਨਹੀਂ ਹੋ ਸਕਦੀ ਮੈਂ ਚੈਲੰਜ ਲਵਾਂਗਾ ਅਸੀਂ ਆਪ ਦੀ ਪੂਰੀ ਵਾਹ ਲਾ ਦੇਾਂਗੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਛੱਡ ਕੇ ਆਵਾਂਗੇ ਕਾਲ ਕਰੋ ਸਾਨੂੰ ਆਪ ਦਾ ਮਸਲਾ ਦੱਸੋ ਸਮੱਸਿਆ ਦੱਸੋ ਅਜ ਕੋਣ ਰੋਕਦਾ ਪਿਆ ਤੁਹਾਨੂੰ ਦੁਬਾਰਾ ਅਪਲਾਈ ਕਰਨ ਤੋਂ ਮੇਰੇ ਕੋਲੋਂ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋਏ ਆ ਸਾਡੇ ਵੀ ਸਾਰੇ ਵੀਜ਼ੇ ਨਹੀਂ ਲੱਗਦੇ ਹਾਂ ਸਾਡੇ ਕੋਲ ਉਹ ਵੀਜ਼ੇ ਲੱਗ ਜਾਂਦੇ ਆ ਜਿਹੜੇ ਰਿਫਿਊਜ਼ ਹੋਏ ਹੁੰਦੇ ਆ ਪੇਸ਼ੈਂਸ ਰੱਖੋ ਬੈਂਡ ਕੱਟ ਨੇ ਬੈਂਡ ਦੁਬਾਰਾ ਲੈ ਲਓ ਇਹ ਕਿਹੜਾ ਕੋ ਓਖਾ ਕੰਮ ਹੈ ਵੀ ਜਿਹੜਾ ਸਾੜੀ ਸੋਣੀ ਆਣਾ ਹਰ ਰੋਜ਼ ਪੇਪਰ ਹੁੰਦੇ ਆ ਫੰਡ ਕੱਟ ਨੇ ਫੰਡ ਹੋਰ ਜਮਾ ਕਰਾ ਲਓ ਜਦੋਂ ਤੱਕ ਤੁਹਾਡੇ ਉੱਤੇ ਬੈਨ ਨਹੀਂ ਲੱਗ ਜਾਂਦਾ ਜਦੋਂ ਤੱਕ ਤੁਹਾਡੇ ਉੱਤੇ 5 ਸਾਲ 2 ਸਾਲ ਦਾ ਬੈਨ ਨਹੀਂ ਲੱਗ ਜਾਂਦਾ ਉਦੋਂ ਤੱਕ ਤੁਸੀਂ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ ਕੋਈ ਕਮੀ ਨਹੀਂ ਹੈਗੀ ਤੁਹਾਡੇ ਅੰਦਰ ਤੁਹਾਡੀ ਫਾਈਲ ਕਿਤੇ ਨਾ ਕਿਤੇ ਜਾਂ ਸਮਝਾਣ ਵਾਲੇ 'ਚ ਪ੍ਰੋਬਲਮ ਹੈ ਜਾਂ ਸਮਝੇ ਨਾਲੇ 'ਚ ਪ੍ਰੋਬਲਮ ਹੈ ਅਸੀਂ ਮਸ਼ਹੂਰੀ ਤਿੰਨੇ ਸੀ 33% ਵਾਲੇ ਕੋ ਭੇਜਾਂਗੇ ਕਿਸੇ ਨੂੰ ਕੋ ਤਾਂ ਜਿਗਰਾ ਕੱਢ ਕੇ ਦਿਖਾਵੇ ਦਾ 33% ਲਿਖੇ ਦਾ ਸਹੀ ਕੋ ਤਾਂ ਸਹੀ ਮੈਂ ਪੈਸੇ ਬਾਅਦ 'ਚ ਲੈ ਲਾਂਗਾ ਇਹ ਕਿੱਥੋਂ ਸ਼ੁਰੂਆਤ ਹੋਈ ਇਸ ਚੀਜ਼ ਦੀ ਕਿਹੜੀ ਕਿਤਾਬ 'ਚ ਲਿਖਿਆ ਵਾ ਕਿ ਪੈਸੇ ਬਾਅਦ 'ਚ ਲਏ ਜਾਂਦੇ ਆ ਕਿਹੜੀ ਖਬਰ ਚ ਪੜਿਆ ਸੀ ਤੁਸੀਂ ਕਿਹੜੇ ਕਾਨੂੰਨ ਚ ਲਿਖਿਆ ਵੈ ਅੱਜ ਤੋਂ ਸਾਰੇ ਹੀ ਕਹਿੰਦੇ ਆਂ ਹੰਬੀ ਲੈਂਦੇ ਆਂ ਪੈਸੇ ਵੀਜ਼ਾ ਲੱਗਣੇ ਕੇ ਬਾਅਦ